ਦੋਨੋਂ ਪਾਸੇ ਬੜੇ ਜ਼ੋਰ ਸ਼ੋਰ ਦੇ ਨਾਲ ਨੌਜਵਾਨ ਸਾਥੀਆਂ ਨੇ ਇੱਕ ਨਾਕਾ ਲਗਾਇਆ ਹੈ, ਜਿਹਦੇ ਵਿੱਚ ਇੱਕ BSF ਦੀ ਤਰ੍ਹਾਂ ਹਰ ਇੱਕ ਬੰਦੇ ਦੇ ਨਾਲ ਜਦੋਂ ਬੰਦਾ ਪਿੰਡ ਦੇ ਵਿੱਚ ਐਂਟਰੀ ਕਰਦਾ ਹੈ ਉਹਨੂੰ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਰਜਿਸਟਰ 'ਤੇ ਲਿਖਿਆ ਜਾਂਦਾ ਉਹਦਾ ਨਾਂ, ਪਤਾ, ਕਿੱਥੋਂ ਆਇਆ, ਕਿਹਦੇ ਕੋਲ ਜਾਣਾ। ਕੰਮ ਤੇ ਕੋਈ ਤੇਰੇ ਕੋਲ ਕੋਈ ਤਾਂ ਪ੍ਰੂਫ ਹੋਊਗਾ। ਲੌਕਡਾਊਨ ਨੂੰ ਮੁੱਖ ਰੱਖਦਿਆਂ ਜਿੱਥੇ ਪੰਜਾਬ ਸਰਕਾਰ ਨੇ ਔਰ ਪੰਜਾਬ ਸਰਕਾਰ ਦੇ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਮੋਰਚੇ ਸੰਭਾਲੇ ਹੋਏ ਨੇ, ਉੱਥੇ ਹੀ ਹੁਣ ਇਸ ਮਹਾਮਾਰੀ ਦਾ ਸ਼ਿਕਾਰ ਹੋਣ ਤੋਂ ਸਾਡਾ ਪਿੰਡ ਬਚ ਸਕੇ, ਪਿੰਡ ਦੇ ਲੋਕਾਂ ਨੇ ਵੀ ਕਮਾਨ ਸੰਭਾਲ ਲਈ ਹੈ। ਲੇਕਿਨ ਪਿੰਡ ਦੇ ਲੋਕਾਂ ਦੀ ਕੀ ਕਮਾਨ ਹੈ ਉਸ 'ਤੇ ਆਪਾਂ ਅੱਜ ਨਜ਼ਰ ਮਾਰਦੇ ਹਾਂ। ਔਰ ਸਭ ਤੋਂ ਪਹਿਲਾਂ ਪਿੰਡ ਦੇ ਲੋਕ ਕੀ ਕਰਦੇ ਆ ਕਿ ਪਿੰਡੋਂ ਬਾਹਰ ਚਾਰੇ ਪਾਸੇ ਉਸ ਪਿੰਡ ਨੂੰ ਘੇਰ ਲੈਂਦੇ ਨੇ ਔਰ ਆਪਣੇ ਆਪਣੇ ਪਿੰਡਾਂ ਨੂੰ ਆਉਣ ਅਤੇ ਜਾਣ ਵਾਲੇ ਰਸਤਿਆਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੰਦੇ ਨੇ ਔਰ ਉੱਥੇ ਦੋ ਚਾਰ ਬੰਦੇ ਬੈਠ ਜਾਂਦੇ ਨੇ ਜੋ ਹਰ ਇੱਕ ਆਉਣ ਜਾਣ ਵਾਲੇ ਦੀ ਨਿਗਰਾਨੀ ਰੱਖਦੇ ਨੇ। ਜ਼ਿਆਦਾ ਕਰਕੇ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ। ਫਿਰ ਵੀ ਬਹੁਤ ਸਾਰੇ ਲੋਕ ਅਜਿਹੇ ਨੇ ਜੋ ਨਾਕਿਆਂ ਦੇ ਉੱਪਰ ਵੀ ਮਤਲਬ ਭੀੜ ਇਕੱਠੀ ਕਰ ਲੈਂਦੇ ਨੇ। ਉਹ ਜਿਹੜਾ ਸੋਸ਼ਲ ਡਿਸਟੈਂਸ ਦਾ ਮਤਲਬ ਇੱਕ ਪ੍ਰਸ਼ਾਸਨ ਵੱਲੋਂ ਲਿਖਤੀ ਰੂਪ ਵਿੱਚ ਆਇਆ ਕਿ ਸਾਨੂੰ ਸੋਸ਼ਲ ਡਿਸਟੈਂਸ ਰੱਖਣਾ ਚਾਹੀਦਾ ਹੈ, ਉਸ ਨੂੰ ਆਪਾਂ ਕਿਤੇ ਨਾ ਕਿਤੇ ਨਜ਼ਰਅੰਦਾਜ਼ ਕਰ ਰਹੇ ਹਾਂ। ਦੋਸਤੋ, ਪੁਲਿਸ ਨਾਕੇ ਦੀ ਗੱਲ ਕਰ ਲਓ। ਪੁਲਿਸ ਨਾਕਾ ਆਪਾਂ ਰੋਜ਼ ਜਦੋਂ ਵੀ ਕਿਤੇ ਨਿਕਲਦੇ ਹਾਂ ਤਾਂ ਸਾਨੂੰ ਪੁਲਿਸ ਰਸਤੇ ਵਿੱਚ ਨਾਕੇ ਦੇ ਦੌਰਾਨ ਮਿਲਦੀ ਆ, ਉਹਨਾਂ ਦਾ ਵੀ ਆਪਸ ਵਿੱਚ ਹੀ ਸੋਸ਼ਲ ਡਿਸਟੈਂਸ ਜਿਹੜਾ ਹੈ ਉਹ ਪੂਰੀ ਤਰ੍ਹਾਂ ਬਰਕਰਾਰ ਰੱਖਿਆ ਹੁੰਦਾ ਹੈ। ਲੇਕਿਨ ਬਹੁਤ ਸਾਰੇ ਲੋਕ ਨੇ ਜੋ ਇਸ ਚੀਜ਼ ਨੂੰ ਨਜ਼ਰਅੰਦਾਜ਼ ਕਰਦੇ ਨੇ ਔਰ ਉਹਨਾਂ ਨੂੰ ਚਾਹੀਦਾ ਕਿ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਈਵਨ ਪੰਜਾਬੀ ਚੈਨਲ ਦੇ ਅੱਜ ਕੋਲ ਇੱਕ ਵੀਡੀਓ ਪਹੁੰਚੀ ਹੈ ਜੀ, ਉਸ ਵੀਡੀਓ ਦੇ ਵਿੱਚ ਮਤਲਬ ਦੱਸਿਆ ਜਾ ਰਿਹਾ ਕਿ ਅਸਲ ਵਿੱਚ ਨਾਕਾ ਕਿਸ ਤਰ੍ਹਾਂ ਲਾਇਆ ਜਾਂਦਾ ਹੈ। ਉਹ ਨਾਕਾ ਜਿਹੜਾ ਹੈ ਉਹ ਜਿੱਦਾਂ ਇੱਕ ਆਰਮੀ ਦਾ ਨਾਕਾ ਹੁੰਦਾ ਹੈ, ਜਦੋਂ ਵੀ ਪਿੰਡ ਦੇ ਵਿੱਚ ਆਪਾਂ ਆਉਂਦੇ ਹਾਂ ਉਹਨਾਂ ਦੀ ਐਂਟਰੀ ਹੁੰਦੀ ਹੈ, ਰਜਿਸਟਰ ਲੱਗਾ ਹੈ ਕਿਸ ਨੂੰ ਮਿਲਣਾ ਹੈ, ਕੌਣ ਹੈ, ਕੀ ਪਹਿਚਾਣ ਹੈ ਪੂਰੀ ਤਰ੍ਹਾਂ, ਔਰ ਉਸ ਨੂੰ ਸੈਨੇਟਾਈਜ਼ ਕਰਕੇ ਹੀ ਪਿੰਡ ਦੇ ਵਿੱਚ ਐਂਟਰੀ ਕੀਤੀ ਜਾਂਦੀ ਹੈ। ਮੈਂ ਉਹ ਨਾਕਾ ਦਿਖਾਉਣਾ ਚਾਹੁੰਦਾ ਅਸਲ ਵਿੱਚ ਨਾਕਾ ਜਿਹੜਾ ਲੱਗਣਾ ਚਾਹੀਦਾ ਹੈ। ਵੇਖੋ ਉਹ ਨਾਕਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਸਮੂਹ ਜਨਤਾ ਨੂੰ ਇਹ ਸੂਚਿਤ ਕਰਨਾ ਚਾਹੁੰਦਾ ਕਿ ਕੈਮਰਾਮੈਨ ਜੋ ਦ੍ਰਿਸ਼ ਦਿਖਾ ਰਿਹਾ ਹੈ ਇਹ ਪਿੰਡ ਸਤਨੌਰ ਤਹਿਸੀਲ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦਾ ਦ੍ਰਿਸ਼ ਹੈ। ਪਿੰਡ ਦੇ ਨੌਜਵਾਨ ਸਾਥੀ ਬਹੁਤ ਵਧੀਆ ਸਹਿਯੋਗ ਦੇ ਰਹੇ ਨੇ। ਕੈਮਰਾਮੈਨ ਦਿਖਾ ਰਿਹਾ ਹੈ ਕਿ ਪਿੰਡ ਸਤਨੌਰ ਦੇ ਵਿੱਚ ਦੋਨੋਂ ਪਾਸੇ ਬੜੇ ਜ਼ੋਰ ਸ਼ੋਰ ਦੇ ਨਾਲ ਨੌਜਵਾਨ ਸਾਥੀਆਂ ਨੇ ਇੱਕ ਨਾਕਾ ਲਗਾਇਆ ਹੈ, ਜਿਹਦੇ ਵਿੱਚ ਇੱਕ BSF ਦੀ ਤਰ੍ਹਾਂ ਹਰ ਇੱਕ ਬੰਦੇ ਦੇ ਨਾਲ ਜਦੋਂ ਬੰਦਾ ਪਿੰਡ ਦੇ ਵਿੱਚ ਐਂਟਰੀ ਕਰਦਾ ਹੈ ਉਹਨੂੰ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਰਜਿਸਟਰ 'ਤੇ ਲਿਖਿਆ ਜਾਂਦਾ ਉਹਦਾ ਨਾਂ, ਪਤਾ, ਕਿੱਥੋਂ ਆਇਆ, ਕਿਹਦੇ ਕੋਲ ਜਾਣਾ। ਅਗਰ ਉਹ ਬੰਦਾ ਸਾਥੀ ਪਿੰਡ ਦੇ ਵਿੱਚ ਜਾਣ ਦੇ ਯੋਗ ਹੋਵੇ ਤਾਂ ਵੜਨ ਦਿੰਦੇ ਹੈ, ਨਹੀਂ ਤਾਂ ਨਹੀਂ। ਔਰ ਪਿੰਡ ਦੇ ਲੋਕਾਂ ਨੂੰ ਵੀ ਜਦੋਂ ਬਾਹਰ ਤੋਂ ਕੋਈ ਦਵਾਈ ਲੈ ਕੇ ਆਉਂਦਾ ਜਾਂ ਕਿਸੇ ਹੋਰ ਕੰਮ ਤੋਂ ਆਉਂਦਾ ਅਤੇ ਉਹ ਬੰਦੇ ਸੈਨਾਟਾਈਜ਼ਰ ਦੇ ਨਾਲ ਹੱਥ ਧੁਆਉਂਦੇ ਹੈ ਤਾਂ ਕਿ ਇਹ ਕਰੋਨਾ ਦੀ ਬਿਮਾਰੀ ਇਸ ਪਿੰਡ ਦੇ ਵਿੱਚ, ਇਸ ਏਰੀਏ ਦੇ ਵਿੱਚ ਨਾ ਵੜ ਸਕੇ। ਔਰ ਇਕੱਲੇ ਇਕੱਲੇ ਬੰਦੇ ਨੂੰ ਇਹ ਮੈਸੇਜ ਦਿੰਦੇ ਨੇ ਕਿ ਡੈਟੋਲ ਸੇ ਨਹਾਉਣਾ ਹੈ, ਕਰੋਨਾ ਕੋ ਬਭਗਾਉਣਾ ਹੈ। ਜੈ ਭੀਮ, ਜੈ ਭਾਰਤ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ, ਇਸ ਨਾਕੇ ਤੋਂ ਬਾਅਦ ਤਾਂ ਸਾਨੂੰ ਜ਼ਰੂਰ ਜਿੱਥੇ ਜਿੱਥੇ ਵੀ ਨਾਕੇ ਪਿੰਡ ਦੇ ਵਾਸੀਆਂ ਨੇ ਲਾਏ ਹੋਏ ਨੇ ਬਸ ਇਹਨਾਂ ਚੀਜ਼ਾਂ ਦਾ ਖਿਆਲ ਰੱਖਣ। ਪਿੰਡੋਂ ਕੋਈ ਵੀ ਐਂਟਰੀ ਕਰਦਾ ਹੈ ਪਿੰਡ ਦੇ ਵਿੱਚ ਤਾਂ ਉਸ ਦੀ ਐਂਟਰੀ ਕਰ ਲਓ, ਜੇ ਪਿੰਡੋਂ ਬਾਹਰ ਜਾਂਦਾ ਹੈ ਉਸ ਦੀ ਐਂਟਰੀ ਕਰ ਲਓ, ਨਾਮ ਲਿਖ ਲਓ, ਐਡਰੈਸ, ਪਤਾ ਲਿਖ ਲਓ ਤਾਂ ਕਿ ਤੁਹਾਨੂੰ ਉਸ ਬਾਰੇ ਪੂਰੀ ਤਰ੍ਹਾਂ ਜਿਹੜੀ ਇਨਫੋਰਮੇਸ਼ਨ ਹੈ ਉਹ ਤੁਹਾਨੂੰ ਮਿਲ ਸਕੇ। ਔਰ ਦੋਸਤੋ, ਕਦੇ ਵੀ ਅੱਜ ਪੰਜਾਬ ਸਰਕਾਰ ਇਸ ਗੱਲ 'ਤੇ ਜ਼ੋਰ ਦਿੰਦੀ ਹੈ ਕਿ ਸੋਸ਼ਲ ਡਿਸਟੈਂਸ ਜਿਹੜਾ ਹੈ ਦੋ ਦੋ ਮਤਲਬ ਮੀਟਰ ਦਾ ਹੈ ਉਹ ਬਰਕਰਾਰ ਰੱਖਣਾ ਚਾਹੀਦਾ ਹੈ ਤਾਂ ਕਿ ਇਹ ਜਿਹੜੀ ਭਿਆਨਕ ਮਹਾਮਾਰੀ ਹੈ ਆਪਾਂ ਕਿਤੇ ਇਸ ਦਾ ਸ਼ਿਕਾਰ ਨਾ
ਹੋ ਜਾਈਏ। ਸੋ ਨਾਕੇ ਲਾਓ ਪਿੰਡ ਬਚਾਓ, ਨਾਕੇ ਲਾਓ ਪਿੰਡ ਬਚਾਓ, ਅਤੇ ਨਾਕਿਆਂ 'ਤੇ ਭੀੜ ਇਕੱਠੀ ਨਾ ਕਰੋ। ਜੇਕਰ ਤੁਹਾਨੂੰ ਲੱਗਦਾ ਕਿ ਇਸ ਪਿੰਡ ਦੇ ਵਿੱਚ ਜ਼ਿਆਦਾ ਨੌਜਵਾਨ ਸੇਵਾ ਕਰਨੀ ਚਾਹੁੰਦੇ ਨੇ, ਤੁਸੀਂ ਸ਼ਿਫਟਾਂ ਦੇ ਵਿੱਚ ਵੀ ਉਹ ਕੰਮਕਾਰ ਕਰ ਸਕਦੇ ਹੋ। ਮੈਂ ਆਪਣੇ ਇਹ ਮੋਢਿਆਂ 'ਤੇ ਗੋਢਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਵਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਵਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ, ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਅਤੇ ਮੇਰੇ ਵਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਵਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ, ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।